ਅੱਜ ਦਾ ਡਾਕਟਰ ਕਨਕ ਸ਼ੋ ਦੇਖਣ ਵਾਲੇ ਸਾਰੇ ਸਰੋਤਿਓ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਸਰੋਤਿਓ, ਅੱਜ ਅਸੀਂ ਇੱਕ ਬੜੇ ਹੀ, ਮੈਂ ਕਹਾਂਗਾ ਵੀ ਕੰਟਰੋਵਰਸੀਅਲ ਵੀ ਹੈਗਾ ਟੋਪਿਕ ਅਤੇ ਇੱਕ ਬੜਾ ਜ਼ਰੂਰੀ ਵੀ ਹੈਗਾ ਟੋਪਿਕ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਅਤੇ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਸ਼ੋਅ ਦੇਖ ਰਹੇ ਨੇ, ਜੇ ਤੁਹਾਡੇ ਕੋਈ ਨਾਲ ਛੋਟੇ ਬੱਚੇ ਇਹ ਪ੍ਰੋਗਰਾਮ ਦੇਖ ਰਹੇ ਆ, ਮੈਂ ਉਹਨਾਂ ਨੂੰ ਰਿਕਮੈਂਡ ਨਹੀਂ ਕਰਾਂਗਾ। ਮੈਂ ਕਹਾਂਗਾ ਵੀ ਘੱਟੋ ਘੱਟ ਜਿਹੜੇ ਸਰੋਤੇ ਪ੍ਰੋਗਰਾਮ ਦੇਖ ਰਹੇ ਹਾਂ ਉਹ 18-19 ਸਾਲ ਤੋਂ, ਉਹਨਾਂ ਦੀ ਉਮਰ ਜ਼ਿਆਦਾ ਹੋਵੇ। ਜਿਹੜਾ ਅੱਜ ਅਸੀਂ ਟੋਪਿਕ ਡਿਸਕਸ ਕਰਨਾ ਹੈਗਾ ਬੜਾ ਹੀ ਇੰਪੋਰਟੈਂਟ ਹੈਗਾ ਅਤੇ ਸਾਰਿਆਂ 'ਤੇ ਜ਼ਿੰਦਗੀ ਵਿੱਚ ਅਪਲਾਈ ਹੁੰਦਾ। ਅਤੇ ਮੈਂ ਟੋਪ ਜੋ ਮੇਰਾ ਹੈਗਾ ਉਹ ਅੱਜ ਹੈਗਾ ਵੀ ਜਿਹੜੀ ਹਾਰਮੋਨ ਰਿਪਲੇਸਮੈਂਟ ਹੈਗੀ ਆ, ਜਿਹੜੀ ਆਪਾਂ ਮਿਡਲ ਏਜ ਦੇ ਵਿੱਚ ਜਦੋਂ ਮੀਨੋਪਾਜ਼ ਲੇਡੀਜ਼ 'ਚ ਹੁੰਦਾ, ਬੰਦਿਆਂ 'ਚ ਵੀ ਮੀਨੋਪਾਜ਼ ਹੁੰਦਾ ਕਿ ਬੰਦਿਆਂ ਨੂੰ ਪਤਾ ਨਹੀਂ, ਅਤੇ ਹਾਰਮੋਨ ਰਿਪਲੇਸਮੈਂਟ ਬਾਰੇ ਅਸੀਂ ਗੱਲ ਕਰਨੀ ਹੈ। ਕਾਫੀ ਕੰਟਰੋਵਰਸ਼ੀਅਲ ਟੋਪਿਕ ਆ। ਇਸ ਟੋਪਿਕ 'ਤੇ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਜੈਵੰਤ ਰੰਗੀ ਜੀ ਆਏ ਨੇ। ਵੈਲਕਮ ਡਾਕਟਰ ਰੰਗੀ। ਥੈਂਕ ਯੂ ਸਰ। ਡਾਕਟਰ ਰੰਗੀ ਐਂਡੋਕ੍ਰੋਨੋਲੋਜਿਸਟ ਨੇ, ਪ੍ਰੋਫੈਸ਼ਨ ਤੋਂ ਇਹ ਸਪੈਸ਼ਲਾਈਜ਼ ਕਰਦੇ ਨੇ ਹਾਰਮੋਨਸ ਦੀਆਂ ਬਿਮਾਰੀਆਂ ਬਾਰੇ। ਜਿਹੜਾ ਇਨਸਾਨ ਹੈ, ਜਿਹੜਾ ਵੀ ਇਸ ਦੁਨੀਆਂ 'ਚ ਪੈਦਾ ਹੋਇਆ, ਉਹਨੇ ਐਵਰੀ ਡੇ ਉਹਦੀ ਏਜਿੰਗ ਹੋਣੀ ਆ, ਉਹਦੀ ਉਮਰ ਵਧਣੀ ਆ। ਜਿਹੜੀ ਏਜਿੰਗ ਹੈਗੀ ਆ, ਜਾਂ ਆਪਾਂ ਉਹਨੂੰ ਮੈਂ ਬੁੱਢਾਪਣ ਨਹੀਂ ਕਹਾਂਗਾ, ਗ੍ਰੇਸਫੁਲ ਏਜਿੰਗ, ਇਸ ਨੈਚੁਰਲ ਪ੍ਰੋਸੈਸ ਹੈਗੀ ਆ। ਸਾਡੀ ਉਮਰ ਦੇ ਨਾਲ ਨਾਲ ਸਾਡੀ ਬਾਡੀ ਦੇ ਵਿੱਚ ਤਬਦੀਲੀ ਆਉਂਦੀ ਆ। ਕਈ ਹਾਰਮੋਨ ਸਾਡੀ ਬਾਡੀ ਦੇ ਵਿੱਚ ਘੱਟ ਜਾਂਦੇ ਨੇ ਅਤੇ ਸਾਡੀ ਸਕਿਨ ਵਿੱਚ ਚੇਂਜਿਸ ਆਉਣੀਆਂ, ਬਾਡੀ ਵਿੱਚ ਚੇਂਜਿਸ ਆਉਣੀਆਂ, ਸਾਡੇ ਸਾਰੇ ਸਰੀਰ ਦੇ ਵਿੱਚ ਤਬਦੀਲੀ ਆਉਂਦੀ ਉਮਰ ਦੇ ਨਾਲ। ਪਹਿਲਾਂ ਅੱਜ ਤੋਂ ਜੇ ਤੁਸੀਂ 50-60 ਸਾਲ ਪਹਿਲਾਂ ਦੀ ਗੱਲ ਕਰੋ, ਅਕਸਰ ਇਨਸਾਨ ਦੀ ਜਿਹੜੀ ਉਮਰ ਸੀ ਉਹ 50 ਸਾਲ ਦੀ ਹੁੰਦੀ ਸੀ। ਮੋਸਟਲੀ ਜਿਹੜੇ ਲੋਕ ਸੀ ਉਹ 50-60 ਦੀ ਉਮਰ ਤੋਂ ਜ਼ਿਆਦਾ ਨਹੀਂ ਸੀ ਉਹਨਾਂ ਦੀ ਉਮਰ ਹੁੰਦੀ, ਬਹੁਤ ਘੱਟ ਉਮਰ ਸੀ, ਜਿਹੜੇ 80-90 ਸਾਲ ਦੀ ਉਮਰ ਥਾਈਂ ਪਹੁੰਚਦੇ ਸੀ। ਪਰ ਹੁਣ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਆ ਵੀ ਲੋਕ 80-90 ਸਾਲ ਈਵਨ ਕਿ 100 ਸਾਲ ਦੀ ਉਮਰ ਵੀ ਪਾ ਰਹੇ ਹਾਂ। ਸੋ ਬੜੀਆਂ ਨਵੀਆਂ ਗੱਲਾਂ ਜਿਹੜੀਆਂ ਸਾਨੂੰ ਸਿੱਖਣ ਨੂੰ ਆ ਰਹੀਆਂ ਨੇ। ਮੈਡੀਕਲ ਫੀਲਡ ਦੇ ਵਿੱਚ ਕਈ ਟੋਪਿਕਸ ਨੇ ਜਿਹਨਾਂ ਬਾਰੇ ਜੇ ਐਸਟੈਬਲਿਸ਼ ਗਾਈਡਲਾਈਨਸ ਨਹੀਂ ਆ, ਪਰ ਅਸੀਂ ਇਸ ਟੋਪਿਕ ਨੂੰ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦਈਏ। ਡਾਕਟਰ ਰੰਗੀ, ਤੁਸੀਂ ਜਿਹੜੀ ਆਪਾਂ ਹਾਰਮੋਨ ਰਿਪਲੇਸਮੈਂਟ ਦੀ ਗੱਲ ਕਰ ਰਹੇ ਹੋ, ਤਾਂ ਪਹਿਲਾਂ ਇਹਦੀ ਗੱਲ ਕਰਨ ਤੋਂ ਪਹਿਲਾਂ ਦੱਸੋ ਵੀ ਜਿਹੜਾ ਮੀਨੋਪਾਜ਼ ਹੈਗਾ, ਜਿਹਨੂੰ ਆਪਾਂ ਮਹਾਂਮਾਰੀ ਕਹਿੰਦੇ ਹਾਂ ਲੇਡੀਜ਼ ਦੇ ਵਿੱਚ, ਇੱਕ ਨੈਚੁਰਲ ਪ੍ਰੋਸੈਸ ਹੈ, ਕਿਹੜੀ ਏਜ ਵਿੱਚ ਹੁੰਦੀ ਆ ਥੋੜ੍ਹਾ, ਅਤੇ ਕੀ ਇਹਦੇ ਜਦੋਂ ਲੇਡੀਜ਼ ਨੂੰ ਇਹ ਸਿਮਟਮ ਸ਼ੁਰੂ ਹੁੰਦੇ ਨੇ, ਕੀ ਸਿਮਟਮ ਹੁੰਦੇ ਆ, ਕਈਆਂ ਨੂੰ ਨਹੀਂ ਵੀ ਹੁੰਦੇ, ਇਹਦੇ ਬਾਰੇ ਥੋੜ੍ਹਾ ਦੱਸੋ। ਸੋ ਡਾਕਟਰ ਸਾਹਿਬ, ਮੈਨੋਪੌਜ਼ ਬਹੁਤ ਇੰਪੋਰਟੈਂਟ ਚੀਜ਼ ਹੈ। ਇਟਸ ਕਈ ਲੋਕ ਇਹਨੂੰ ਸੋਚਦੇ ਕਿ ਇਹ ਬਿਮਾਰੀ ਤਰ੍ਹਾਂ ਹੈਗੀ ਹੈ, ਇਹ ਬਿਮਾਰੀ ਨਹੀਂ ਹੈ। ਲਾਈਕ ਯੂ ਮੈਂਸ਼ਨਡ, ਇਟਸ ਮੋਰ ਲਾਈਕ ਏਜਿੰਗ ਪ੍ਰੋਸੈਸ। ਸੋ ਸਰਟਨ ਏਜ ਤੋਂ ਬਾਅਦ ਤੁਹਾਨੂੰ ਸਿਮਟਮਸ ਚੇਂਜ ਹੁੰਦੇ ਆ, ਤੁਹਾਡੀ ਬਾਡੀ ਚੇਂਜਸ ਆਉਂਦੇ ਆ, ਉਹਦੇ ਨਾਲ ਤੁਹਾਡੇ ਡਿਫਰੈਂਟ ਫੀਲ ਕਰਦੇ ਆ ਤੁਸੀਂ। ਮੈਨੋਪੌਜ਼ ਕਹਿੰਦੇ ਆ ਉਸਨੂੰ ਜਿਸਨੂੰ ਜਦੋਂ ਤੁਹਾਡੇ ਪੀਰੀਅਡਸ ਸਾਲ ਤੋਂ ਜ਼ਿਆਦਾ ਨਹੀਂ ਆਉਂਦੇ, ਆਫਟਰ 12 ਮੰਥਸ ਆਫ ਹੈਵਿੰਗ ਨੋ ਪੀਰੀਅਡਸ, ਦੈਟਸ ਕਾਲਡ ਮੈਨੋਪੌਜ਼। ਐਵਰੇਜ ਏਜ ਇਨ ਯੂ ਐਸ ਇਜ਼ 51, ਅਤੇ 51 ਤੋਂ ਕੁਛ ਲੋਕਾਂ ਨੂੰ ਘੱਟ ਵੀ ਹੋ ਸਕਦਾ ਅਤੇ ਕੁਛ ਜ਼ਿਆਦਾ ਵੀ ਹੋ ਸਕਦਾ। ਯੂਜੁਅਲੀ ਇਟ ਹੈਪਨਸ ਅਰਾਊਂਡ 50, ਸੋ ਯੂ ਕੈਨ ਸੇ 45-55 ਜ਼ਿਆਦਾਤਰ ਦੀ ਉਮਰ ਦੇ ਹੁੰਦਾ। ਕਈ ਲੋਕਾਂ ਨੂੰ 40 ਤੋਂ ਪਹਿਲਾਂ ਵੀ ਹੋ ਜਾਂਦਾ ਫੋਰ ਸਮ ਰੀਜ਼ਨ, ਐਂਡ ਦੈਟ ਯੂਜੁਅਲੀ ਕੁਡ ਬੀ ਰਿਲੇਟਡ ਟੂ ਈਦਰ ਸਮਥਿੰਗ ਕੰਸਰਨਿੰਗ ਵਿਦ ਦ ਪਿਟਿਊਟਰੀ ਗਲੈਂਡ, ਕਿ ਤੁਹਾਡੀ ਗਲੈਂਡ ਨਹੀਂ ਕੰਮ ਕਰ ਰਹੀ ਜਾਂ ਫਿਰ ਤੁਹਾਡੀਆਂ ਓਵਰੀਜ਼ ਫੇਲ ਹੋ ਜਾਂਦੀਆਂ ਅਤੇ ਓਵਰੀਜ਼ ਨਹੀਂ ਕੰਮ ਕਰਦੀਆਂ। ਸੋ ਪ੍ਰੀ ਮੈਚੋਰ ਮੈਨੋਪੌਜ਼ ਜਿਸਨੂੰ ਅਸੀਂ ਕਹਿੰਦੇ ਹਾਂ, ਉਹਦੀ ਥੋੜ੍ਹੀ ਡਿਫਰੈਂਟ ਸੈਟਅਪ ਹੁੰਦਾ, ਡਿਫਰੈਂਟ ਕੰਸਰਨਸ ਹੁੰਦੇ ਆ, ਬਟ ਮੈਨੋਪੌਜ਼ ਜਿਹੜੀ ਟਿਪੀਕਲ ਯੂਜੁਅਲ ਵਿਮੈਨ ਨੂੰ ਹੁੰਦਾ, ਦੈਟਸ ਅਰਾਊਂਡ 50, ਅਤੇ ਇਟਸ ਅ ਪ੍ਰੋਸੈਸ ਜਿਹਦੇ ਨਾਲ ਕਿ ਤੁਹਾਡੇ ਹਾਰਮੋਨ ਚੇਂਜਿਸ ਆਉਂਦੇ ਬਾਡੀ ਦੇ ਵਿੱਚ, ਤੁਹਾਡੇ ਐਸਟ੍ਰੋਜਨ ਪ੍ਰੋਜੈਸਟਰੋਨ ਜਿਹੜੇ ਬਹੁਤ ਇੰਪੋਰਟੈਂਟ ਹਾਰਮੋਨਸ ਹੁੰਦੇ ਇਨ ਵਿਮੈਨ, ਦੇ ਗੋ ਡਾਊਨ, ਦੇ ਸਟਾਰਟ ਕਮਿੰਗ ਡਾਊਨ, ਸੋ ਇਵੈਂਚੁਅਲੀ ਤੁਹਾਡੇ ਲੈਵਲਸ ਬਹੁਤ ਲੋ ਹੋ ਜਾਂਦੇ ਆ, ਅਤੇ ਉਸ ਨਾਲ ਤੁਹਾਨੂੰ ਥੋੜ੍ਹੇ ਚੇਂਜਿਸ ਆਉਂਦੇ ਆ ਜਿਹੜੇ ਕਿ ਬਹੁਤ ਕੰਸਰਨਿੰਗ ਹੁੰਦੇ ਆ। ਐਂਡ ਆਈ ਵੁੱਡ ਲਵ ਆਲ ਵਿਮੈਨ ਟੂ ਨੋ ਦਿਸ ਕਿ ਕਿੱਦਾਂ ਦੇ ਸਿਮਟਮਸ ਹੁੰਦੇ ਆ। ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਨੂੰ ਕੱਟ ਨਹੀਂ ਰਿਹਾ, ਮੈਂ ਇਕੱਲੀ ਔਰਤਾਂ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਦੇ ਹਸਬੈਂਡ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਔਰਤ ਕਿਹਦੇ 'ਚ ਕੀ ਉਹਦੇ ਤਬਦੀਲੀਆਂ ਆ ਰਹੀਆਂ। ਕਈ ਵਾਰੀ ਇਸ ਚੀਜ਼ਾਂ ਦੇ ਨਾਲ ਉਹਨਾਂ ਦੇ ਆਪਸ ਲੜਾਈ ਝਗੜਾ ਵੀ ਘਰ ਸ਼ੁਰੂ ਹੋ ਜਾਂਦਾ, ਕਿਉਂਕਿ ਲੇਡੀਜ਼ ਦੀਆਂ ਫਿਜ਼ੀਕਲ ਚੇਂਜਿਸ ਆ ਰਹੀਆਂ ਹੈਗੀਆਂ, ਬੰਦਾ ਉਸ ਨੂੰ ਸਮਝਦਾ ਨਹੀਂ, ਤਾਂ ਦੋਨਾਂ ਲਈ ਸਮਝਣਾ ਜ਼ਰੂਰੀ ਹੈ। ਪਲੀਜ਼ ਕੈਰੀ ਔਨ। ਆਈ ਥਿੰਕ ਇਟਸ ਅ ਵੈਰੀ ਇੰਪੋਰਟੈਂਟ ਪੁਆਇੰਟ, ਆਈ ਐਮ ਗਲੈਡ ਯੂ ਬ੍ਰੌਟ ਇਟ ਅਪ। ਮੈਂ ਆਈ ਵਾਸ ਥਿੰਕਿੰਗ ਆਫ ਬ੍ਰਿੰਗਿੰਗ ਇਟ ਅਪ ਲੇਟਰ, ਪਰ ਆਈ ਥਿੰਕ ਇਟਸ ਅ ਪਾਰਟਨਰਸ਼ਿਪ, ਯੂਰ ਪਾਰਟਨਰ ਹੈਜ਼ ਟੂ ਅੰਡਰਸਟੈਂਡ ਵਟ ਚੇਂਜਿਸ ਯੂ ਗੋਇੰਗ ਥਰੂ, ਅਤੇ ਜੇ ਉਹ ਨਹੀਂ ਸਮਝਦੇ ਤਾਂ ਐਟਲੀਸਟ ਵਿਮੈਨ ਸ਼ੁੱਡ ਟਰਾਈ ਟੂ ਟੈਲ ਦੈਮ। ਜੇ ਤੁਸੀਂ ਗੱਲ ਕਮਿਊਨੀਕੇਸ਼ਨ ਖੁੱਲ੍ਹੀ ਰੱਖੋਗੇ ਤਾਂ ਇਟਸ ਆਲਵੇਜ਼ ਬੈਟਰ। ਸੋ ਦ ਬਿਗੈਸਟ ਚੇਂਜ ਦੈਟ ਯੂ ਫੀਲ ਇਜ਼ ਇਮੋਸ਼ਨਲ ਚੇਂਜਿਸ, ਯੂ ਨੋ, ਦੈਟਸ ਅ ਮੋਸਟ ਸਟਰਗਲਿੰਗ ਪਾਰਟ, ਜਿੱਥੇ ਕਿ ਤੁਹਾਨੂੰ ਬਹੁਤ ਇੰਗਜ਼ਾਇਟੀ ਜਾਂ ਇਨਸੋਮਨੀਆ, ਤੁਹਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਜਾਂ ਸਵੈਟਿੰਗ ਬਹੁਤ ਜ਼ਿਆਦਾ, ਹੌਟ ਸਵੈਟਸ ਹੋ ਰਹੇ ਆ, ਗਰਮੀ ਆ ਰਹੀ ਹੈ, ਅਤੇ ਇਹੋ ਜਿਹੇ ਚੇਂਜਿਸ ਹੋ ਸਕਦਾ ਬਹੁਤ ਸਟਲ ਹੋਣ, ਸਮ ਆਫ ਦ ਪੀਪਲ ਫੀਲ ਵੈਰੀ ਸਟਰੋਂਗਲੀ ਅਬਾਊਟ ਇਟ, ਅਤੇ ਸਮ ਪੀਪਲ ਹੈਵ ਨੋ ਸਿਮਟਮਸ, ਅਤੇ ਬਾਕੀ ਕੰਸਰਨਿੰਗ ਫਿਰ ਚੀਜ਼ਾਂ ਹੁੰਦੀਆਂ, ਤੁਹਾਡਾ ਵਜ਼ਨ ਵੱਧ ਸਕਦਾ ਥੋੜ੍ਹਾ ਬਹੁਤ,
ਸਪੈਸ਼ਲੀ ਇਨ ਦ ਮਿਡ ਏਰੀਆ ਅਰਾਊਂਡ ਤੁਹਾਡੀ ਬੈਲੀ ਦੇ ਅਰਾਊਂਡ ਜਾਂ ਹਿਪਸ ਦੇ ਅਰਾਊਂਡ ਸਕਿਨ ਚੇਂਜਸ ਸਕਿਨ ਡਰਾਈਨੈਸ ਬਹੁਤ ਹੋ ਜਾਂਦੀ ਹੈ ਤੁਹਾਡੇ ਸਕਿਨ ਕੈਨ ਬੀ ਵੈਰੀ ਇਰੀਟੇਬਲ ਔਰ ਇਚੀ vaginal dryness you know a lot of people have problems with having sexual activity and things like that so interest nahi randa ga so women go through a lot of these changes that I think the men have to understand and women have to understand it too that it is a natural process nothing is wrong with them and there are things we can do there's a lot of treatment we can help and offer hope to them so to me menopause is not not something that is end of life I think it's a new beginning you really have to look at it in a very positive way where you can think that it maybe it's a new start I mean I look at it this way ki tusi pehli umar ch 40 saal tak tusi bacche raise karde ho tusi family raise karde ho you're so busy that you don't have time for yourself after 40 I think this is a perfect time to find some hobbies kuch aur kaam karo te and go to the right doctor who can give you right advice and the right treatment so you can feel the best you can in those precious years between 40 to 60 at least so doctor chalo koi patient hega ja patient nahi main kahunga bhi aurat hegi ya ਤੇ ਉਹਨੂੰ ਇਹ ਸਾਰੇ ਸਿੰਪਟਮ ਹੋ ਰਹੇ ਨੇ ਤੇ ਉਹ ਆਪਣੇ ਡਾਕਟਰ ਕੋਲ ਜਾਂਦੀ ਹੈ ਤੁਹਾਡੇ ਕੋਲ ਮਰੀਜ਼ ਆਏ 50 ਈਅਰ ਓਲਡ ਲੇਡੀ ਆਏ ਤੇ ਕੀ ਤੁਸੀਂ ਉਹਦੇ ਲਈ ਕੀ ਕਰੋਗੇ ਡਾਕਟਰ ਹੁਣ ਦੇ ਯਾ ਡਾਕਟਰ ਸਾਹਿਬ ਆਈ ਐਮ ਗਲੈਡ ਯੂ ਬ੍ਰੌਟ ਦੈਟ ਅਪ ਬਿਕਾਜ਼ ਮੈਜੋਰਿਟੀ ਆਫ ਵਿਮਨ ਡੋਨਟ ਇਵਨ ਗੋ ਟੂ ਦ ਡਾਕਟਰਸ ਯੂ ਨੋ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਤੁਹਾਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਯੂ ਹੈਵ ਹੈਲਪ ਰਾਈਟ ਸੋ ਤੁਸੀਂ ਜਾ ਕੇ ਗੱਲ ਕਰੋ ਆਪਣੇ ਡਾਕਟਰ ਨਾਲ ਐਂਡ ਇਟਸ ਨਾਟ ਸਰਪ੍ਰਾਈਜ਼ਿੰਗ ਲੋਟ ਆਫ ਡਾਕਟਰਸ ਆਰ ਨਾਟ ਕੰਫਰਟੇਬਲ ਟਾਕਿੰਗ ਅਬਾਊਟ ਇਟ ਸੋ ਬੜੇ ਡਾਕਟਰਸ ਨੇ ਤੁਹਾਨੂੰ ਕਹਿਣਾ ਕਿ ਨੋ ਨਥਿੰਗ ਇਜ਼ ਰੋਂਗ ਵਿਦ ਯੂ ਦਿਸ ਇਜ਼ ਅ ਨੋਰਮਲ ਏਜਿੰਗ ਪ੍ਰੋਸੈਸ ਦਿਸ ਇਜ਼ ਗੋਇੰ ਟੂ ਹੈਪਨ ਬਟ ਜ਼ਰੂਰੀ ਨਹੀਂ ਕਿ ਤੁਹਾਨੂੰ ਯੂ ਹੈਵ ਟੂ ਲਿਵ ਵਿਦ ਦੈਟ ਇਫ ਯੂ ਨਾਟ ਕੰਫਰਟੇਬਲ ਤੁਹਾਨੂੰ ਸਫਰ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਕਿ ਇਹ ਸਿੰਪਟਮਸ ਤੁਹਾਡੇ ਬਹੁਤ ਬਾਦਰਸਮ ਨੇ ਮੇ ਬੀ ਯੂ ਨੀਡ ਟੂ ਫਾਈਂਡ ਅਨਦਰ ਡਾਕਟਰ ਹੂ ਇਜ਼ ਕੰਫਰਟੇਬਲ ਵਿਦ ਇਟ ਸੋ ਵਾਟ ਵੁੱਡ ਆਈ ਡੂ ਤੁਹਾਡੇ ਕੁਐਸਚਨ ਦੇ ਅਕੋਰਡਿੰਗਲੀ ਇਟ ਡਿਪੈਂਡਸ ਜੇ ਤਾਂ ਤੁਹਾਡੇ ਸਿੰਪਟਮਸ ਬਹੁਤ ਜ਼ਿਆਦਾ ਸਿਵੀਅਰ ਨੇ ਹੈਨਾ ਅਤੇ ਹੋ ਸਕਦਾ ਮੇ ਬੀ ਤੁਹਾਡੇ ਕੋਈ ਹੋਰ ਹੋਰਮੋਨਲ ਇੰਬੈਲੈਂਸ ਹੋ ਰਿਹਾ ਦੈਟ ਆਈ ਨੀਡ ਟੂ ਲੁੱਕ ਐਟ ਇਟਸ ਪੋਸੀਬਲ ਯੋਰ ਥਾਇਰੋਇਡ ਮੇ ਬੀ ਆਊਟ ਆਫ ਵੈਕ ਮੇ ਬੀ ਸਮ ਅਦਰ ਹੋਰਮੋਨਲ ਇੰਬੈਲੈਂਸ ਇਜ਼ ਗੋਇੰਗ ਔਨ ਸੋ ਆਈ ਮੇ ਡੂ ਸਮ ਬਲੱਡ ਟੈਸਟ ਟੂ ਚੈੱਕ ਵੀ ਤੁਹਾਡੇ ਬਾਕੀ ਹੋਰਮੋਨਸ ਬੈਲੈਂਸਡ ਹੈਗੇ ਕਿ ਹੈ ਨਹੀਂ ਚਲੋ ਐਸਟੈਬਲਿਸ਼ ਹੋ ਗਿਆ ਵੀ ਮੀਨੋਪਾਜ਼ ਹੋ ਰਿਹਾ ਫਿਰ ਕੀ ਕਰੋਗੇ ਸੋ ਵਾਂਸ ਤੁਹਾਡਾ ਮੈਨੋਪਾਜ਼ ਇਜ਼ ਕਨਫਰਮਡ ਜ਼ਰੂਰੀ ਨਹੀਂ ਕਿ ਤੁਹਾਨੂੰ ਬਲੱਡ ਟੈਸਟ ਕਰਨਾ ਪਵੇ ਮੈਨੋਪਾਜ਼ ਲਈ ਸੋ ਮੈਨੂੰ ਬਹੁਤ ਪੇਸ਼ੈਂਟਸ ਆਉਂਦੇ ਜਿਹੜੇ ਪੁੱਛਦੇ ਕਿ ਸਾਡਾ ਬਲੱਡ ਟੈਸਟ ਕਰਕੇ ਦੱਸੋ ਕਿ ਸਾਨੂੰ ਮੈਨੋਪਾਜ਼ ਹੈਗੇ ਆ ਕਿ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਤੁਸੀਂ ਯੂਜੁਅਲੀ ਯੂ ਫਾਈਂਡ ਲੋ ਐਸਟ੍ਰੋਜਨ ਐਂਡ ਹਾਈ FSH ਦੈਟਸ ਅ ਯੂਜੁਅਲ ਥਿੰਗ ਦੈਟ ਯੂ ਡੂ ਦੋ ਹੀ ਟੈਸਟ ਕਰਦੇ ਆ ਅਸੀਂ ਪਰ ਉਹ ਨਾ ਬੜੇ ਐਪੀਸੋਡਿਕ ਹੁੰਦੇ ਆ ਕਈ ਵਾਰ ਤੁਸੀਂ ਨਹੀਂ ਕੈਚ ਕਰਦੇ ਸੋ ਜੇ ਤੁਹਾਡਾ ਟੈਸਟ ਨੈਗੇਟਿਵ ਆਇਆ ਦੈਟ ਡਸਨਟ ਮੀਨ ਯੂ ਗੋਇੰਗ ਥਰੂ ਮੈਨੋਪਾਜ਼ ਜੇ ਕਨਫਰਮ ਹੋ ਗਿਆ ਉਹ ਮੈਨੋਪੌਜ਼ 'ਚ ਨੇ ਦੇਰ ਲੋਟ ਆਫ ਥਿੰਗਸ ਵੀ ਕੈਨ ਆਫਰ ਨੰਬਰ ਵਨ ਆਈ ਆਫਰ ਦ ਲਾਈਫ ਸਟਾਈਲ ਸੋ ਯੂ ਹੈਵ ਟੂ ਚੇਂਜ ਯੂਰ ਲਾਈਫ ਸਟਾਈਲ ਇਨ ਲੋਟ ਆਫ ਵੇਜ਼ ਡਾਇਟ ਐਂਡ ਲਾਈਫ ਸਟਾਈਲ ਦੈਨ ਨੰਬਰ ਟੂ ਇਜ਼ ਹੋਰਮੋਨ ਰਿਪਲੇਸਮੈਂਟ ਥੈਰੇਪੀ ਐਂਡ ਨੰਬਰ ਥਰੀ ਵਿਲ ਬੀ ਸਮ ਅਦਰ ਕਾਇੰਡ ਆਫ treatments that we can offer jeta no hormone replacement is not the right thing for you because there are a lot of patients who are not the right candidates they may have contraindications unna nu assi de na sakde hoye dawai just because of another koi hor existing dawaiyan hon ya fir koi takleef hove tusi thoda ja dasso vi hormone kinni der la sakde ho tusi te hormones de ki fayde ne te ki nuksan ne Doctor, I think that's a very loaded question, but I'll try to summarize it as much as I can. Before I go to hormones, I want to talk a little bit about diet and lifestyle. I think that's very important. Khana change karna penda with age, especially because lack of estrogen, estrogen kattan naal toda wasn't wadhan de chances jada hunde hai. So number one, tuhanu calorie intake ya toda jada amount of khana jada khane, o tuhanu thoda jada kattana paega. Nutritious food, definitely. Put more natural things like alsi hogi ya fir tode natural substances hunde rede you know things like omega 3 fatty acids fish hogi salmon hogi those kind of things help you prevent these symptoms as well exercise is must every day 30 minutes at least 5 din zarur hove exercise if not 5 days at least an hour 3 days a week posture is very important because once you start losing estrogen your bones become weak as well haanji kup pe janda but not immediately I don't want my menopausal friends to feel so worried about it 70 80 saal te jaake that's because our lack of estrogen nal tadiya bones weak ho jandiya so have a straight posture you got to sit straight you got to walk straight main dass nahi sakdi kinni vari main apne mom te mother in law nu remind kardi ha ki sidhe hoke chalo because otherwise tadi kup badh janda hai so posture lifestyle
lifestyle diet is very important. After that comes hormone replacement therapy. So the hormones lead to see right candidate, who's the right candidate? I would give it to somebody who has a lot of symptoms. A lot of symptoms will be insomnia, or neend nahi aandi, bahut emotional changes ne, tusi bahut anxious ho rahe hain, ghabrahat ho rahi hai. Depression is again another one. Women who tend to have mild depression, they can go into severe depression around the time of menopause because of hormonal changes. So je wo changes tode aa rahe hai, to make sure you bring it to the doctor. Who else? If you have extreme vaginal dryness and you're having a lot of trouble with that as well, that can lead to urinary symptoms. You know, a lot of people have incontinence. Yeah, for urine, haji, urine retain nahi hunda, kai andi leakage ho jandi hai. So that kind of symptoms, you know, je tode extreme symptoms ne, then I think treatment will definitely help you. So that's how we have break the time over here. So Srotiyo, sanu umeed hai ki tusi haje thai da program pasand kar rahe ho. Bada important topic hai. ਆਪਾਂ ਹੁਣ ਛੋਟੀ ਜਿਹੀ ਬ੍ਰੇਕ ਲੈਣੀ, ਉਹ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਵੀ ਹਾਰਮੋਨ ਕੁਝ ਪੇਸ਼ੈਂਟ ਜਿਹੜੇ ਨਹੀਂ ਲੈ ਸਕਦੇ ਵੀ ਕੀ ਇਹਦੇ ਸਾਈਡ ਇਫੈਕਟ ਨੇ, ਅਤੇ ਆਪਾਂ ਬੰਦਿਆਂ ਦੇ ਮੀਨੋਪੌਜ਼ ਦੀ ਵੀ ਗੱਲ ਕਰਾਂਗੇ। ਤੁਸੀਂ ਪਲੀਜ਼ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਪਿਆਰੇ ਸਰੋਤਿਓ, ਮੈਨੂੰ ਉਮੀਦ ਹੈ ਕਿ ਤੁਸੀਂ ਹਾਲੇ ਥਾਈਂ ਦਾ ਡਾਕਟਰ ਕੰਗ ਸ਼ੋਅ ਪਸੰਦ ਕਰ ਰਹੇ ਹੋ। ਮੈਂ ਇੱਕ ਵਾਰੀ ਫਿਰ ਯਾਦ ਕਰਾਵਾਂਗੀ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਹੈ, ਵੱਡੀ ਉਮਰ ਦੇ ਲਈ ਆ। ਜੇ ਕੋਈ ਛੋਟਾ ਬੱਚਾ ਦੇਖ ਰਿਹਾ, ਅਸੀਂ ਰਿਕਮੈਂਡ ਨਹੀਂ ਕਰਦੇ। ਅਤੇ ਦੂਜੀ ਗੱਲ, ਅਸੀਂ ਇਹ ਵੀ ਕਲੀਅਰ ਕਰਨੀ ਚਾਹੁੰਦੇ ਵੀ ਜਿਹੜੀ ਅਸੀਂ ਐਡਵਾਈਸ ਪ੍ਰੋਗਰਾਮ 'ਚ ਦਿੰਦੇ ਹਾਂ, ਇਹ ਜਨਰਲ ਐਡਵਾਈਸ ਹੁੰਦੀ ਹੈ। ਕੋਈ ਜ਼ਰੂਰੀ ਨਹੀਂ ਵੀ ਹਰ ਇੰਡੀਵਿਜੁਅਲ 'ਤੇ ਲਾਗੀ ਹੋਏ। ਕੋਈ ਵੀ ਜਿਹੜੀ ਅਸੀਂ ਰਿਕਮੈਂਡੇਸ਼ਨ ਦਿੰਦੇ ਹਾਂ, ਤੁਹਾਨੂੰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰਨੀ ਚਾਹੀਦੀ ਆ। ਸੋ ਡਾਕਟਰ ਰੰਗੀ, ਆਪਾਂ ਗੱਲ ਕਰ ਰਹੇ ਸੀ ਹਾਰਮੋਨ ਈਸਟ੍ਰੋਜਨ ਰਿਪਲੇਸਮੈਂਟ ਦੀ। ਤੁਸੀਂ ਇਹ ਦੱਸੋ ਵੀ ਇੱਕ ਤਾਂ ਤੁਸੀਂ ਦੱਸਿਆ ਵੀ ਗੋਲੀਆਂ ਵੀ ਲੈ ਸਕਦੇ ਹੋ, ਕਰੀਮ ਵੀ ਲੈ ਸਕਦੇ ਹੋ, ਤੇ ਕਿਹਨੂੰ ਕਿਹੜਾ ਪੇਸ਼ੈਂਟ ਹੈਗਾ ਜਿਹੜਾ ਜਿਹਨੂੰ ਨਹੀਂ ਲੈਣੀ ਚਾਹੀਦੀ, ਬਿਲਕੁਲ ਹਾਰਮੋਨ ਨਹੀਂ ਲੈਣੇ ਚਾਹੀਦੇ, ਕੰਟਰ ਇੰਡੀਕੇਸ਼ਨ ਕੀ ਹੈ? ਸੋ ਕਿਸੇ ਦੀ ਫੈਮਿਲੀ ਹਿਸਟਰੀ ਹੋਵੇ ਬ੍ਰੈਸਟ ਕੈਂਸਰ ਦੀ, ਆਈ ਵੁੱਡ ਨਾਟ ਗਿਵ ਇਟ। ਜੇ ਤੁਹਾਡਾ ਇਸਟੈਬਲਿਸ਼ ਹਾਰਟ ਡਿਜ਼ੀਜ਼ ਹੈ, ਫਿਰ ਨਹੀਂ ਕਰਨੀ ਚਾਹੀਦੀ। ਜੇ ਤੁਹਾਨੂੰ ਪਹਿਲਾਂ ਕਦੇ ਬਲੱਡ ਕਲੋਟਸ ਹੋਏ ਹੋਏ ਨੇ ਇਨ ਯੂਰ ਲੈਗਸ ਔਰ ਦ ਬਲੱਡ ਕਲੋਟ ਟਰੈਵਲ ਟੂ ਯੂਰ ਲੰਗਸ, ਤਾਂ ਵੀ ਨਹੀਂ ਕਰਨੀ ਚਾਹੀਦੀ। ਔਰ ਹਿਸਟਰੀ ਆਫ ਸਟ੍ਰੋਕ, ਜੇ ਤੁਹਾਨੂੰ ਪਹਿਲਾਂ ਸਟ੍ਰੋਕ, ਤੁਸੀਂ ਅਦਰਵਾਈਜ਼ ਹੈਲਥੀ ਹੋ, ਕੋਈ ਮੈਡੀਕਲ ਪ੍ਰੋਬਲਮ ਨਹੀਂ, ਤਾਂ ਤੁਸੀਂ ਹਾਰਮੋਨ ਲੈ ਸਕਦੇ ਹੋ। ਕਿੰਨੀ ਦੇਰ ਲੈਣੀ ਚਾਹੀਦੀ? ਸੋ ਡਾਕਟਰ ਸਾਹਿਬ, ਹਾਰਮੋਨ ਦੇ ਸਕਦੇ ਹਾਂ ਟੂ ਮੋਸਟ ਵਿਮਨ। ਆਈ ਥਿੰਕ ਪਿੱਛੇ ਜੇ ਬਹੁਤ ਕੰਟਰੋਵਰਸੀ ਆਈ ਸੀਗੀ, ਦੇਰ ਵਾਜ਼ ਅ ਸਟੱਡੀ ਦੈਟ ਕੇਮ ਆਊਟ ਰਿਸਰਚ ਨਾਲ, ਜਿਹਨੇ ਕਿ ਬਹੁਤ ਕੰਸਰਨ ਹੋ ਗਿਆ ਸੀਗਾ ਜਨਾਨੀਆਂ ਜਿਹੜੀਆਂ ਕਿ ਹਾਰਮੋਨਸ ਲੈ ਰਹੀਆਂ ਸੀ ਫੋਰ ਲਾਈਕ 10-20 ਈਅਰਸ, ਅਬਰਪਟਲੀ ਸਟੋਪਡ ਇਟ ਬਿਕੋਜ਼ ਆਫ ਦ ਕੰਸਰਨ ਆਫ ਦ ਸਾਈਡ ਸਟੱਡੀ। ਉਹਦੇ ਨਾਲ ਜ਼ਿਆਦਾ ਤਕਲੀਫ ਹੈਗੀ ਹੈ। ਸੋ ਤੁਹਾਡਾ ਕੁਸ਼ਚਨ ਸਹੀ ਹੈਗਾ, ਜੇ ਤੁਸੀਂ ਵਾਂਸ ਯੂ ਆਈਡੈਂਟੀਫਾਈਡ ਦ ਰਾਈਟ ਪਰਸਨ, ਕਿੰਨੀ ਦੇਰ ਲੈ ਸਕਦੇ ਹਾਂ? ਸੋ ਦ ਕੁਸ਼ਚਨ ਇਜ਼ ਵੀ ਮੈਨੋਪੌਜ਼ ਦੇ ਸਿੰਪਟਮਸ ਕਿੰਨੀ ਦੇਰ ਲਾਸਟ ਕਰਦੇ ਆ? ਸਮ ਪੀਪਲ ਹੈਵ ਇਟ ਜਸਟ ਫੋਰ ਅ ਈਅਰ ਔਰ 2 ਔਰ 5, ਸਮ ਹੈਵ ਇਟ ਫੋਰ 10 ਔਰ 15 ਈਅਰਸ। ਸੋ ਸੇਫਲੀ ਆਈ ਵੁੱਡ ਸੇ ਐਟਲੀਸਟ ਫੋਰ ਫਸਟ 1 to 5 years, I would give it to hormone to most women. 5 saal to baad I will definitely evaluate again whether they it is justified or not. Hysterectomy hoi hoi ya. I mere ko kai patient aage kehnge vi I don't care, mainu ki hunda vi main hormone to bina good feel nahi karde. Right. Main ta lene hi lene ohna bare ki kahunga. Right. No, I think that's a great point. I'm totally pro hormones. You probably have made it out by now. I want quality of life for women. I want women to feel good. I want them to have excellent quality of life in their 50s and 60s and even up to 70s. Who would I not give it to? If somebody has not had hormones until 60, I'm not going to start it at that time. So jo unna di hysterectomy 40s or 50s chogi hai te hun ho 8-10 saal unna ne edai hi kadde ne when they did not get hormones. Already le rahe ne, so lamba samay le sakde. Je ho le rahe ne, then I would continue it. Yeah, if they are feeling okay and there are no contraindications, fair mein continue rakhungi. So doctor saab ne hope data bhi up to 70s you could enjoy and be active and even more. So Dr. Rangit, hor jive vitamin D ja calcium ja vitamins vagera ki lene chahide ne menopause time? Dr. saab, bone health is very important. Like, just like we talked earlier, thodi bones with lack of estrogen thodi bones weak hon lagandi hai, khuran lagandi hai. So you got to take enough calcium and vitamin D. Asi usually kehne vi vitamin D should be at least close to 1000 to 2000 units a day. ਜੇ ਤੁਹਾਨੂੰ ਤੁਹਾਡੇ ਖਾਣੇ 'ਚ ਇਨਫ ਵਾਈਟਮਿਨ ਡੀ ਮਿਲ ਰਿਹਾ ਜਾਂ ਫਿਰ ਤੁਹਾਡੇ ਸਪਲੀਮੈਂਟ ਜਿਹੜੇ ਤੁਸੀਂ ਬਾਕੀ ਲੈ ਰਹੇ ਮਲਟੀਵਾਈਟਮਿਨਸ ਵਗੈਰਾ 'ਚ, ਉਹਦੇ 'ਚ ਤੁਹਾਨੂੰ 1000 to 1000 ਮਿਲ ਰਿਹਾ, ਦੈਟਸ ਗੁੱਡ ਇਨਫ, ਪਰ ਤੁਹਾਡੇ ਲੈਵਲਸ ਚੈੱਕ ਹੋਣੇ ਚਾਹੀਦੇ, ਉਹਦੇ ਹਿਸਾਬ ਨਾਲ ਮੇਬੀ ਵਿਲ ਗਿਵ ਯੂ ਮੋਰ। ਕੈਲਸੀਅਮ ਯੂਜੁਅਲੀ ਵੀ ਸੇ 1200 to 1500 ਮਿਲੀਗ੍ਰਾਮਸ ਅ ਡੇ, ਅਤੇ ਆਮ ਆਪਣੇ ਖਾਣੇ 'ਚ 500 to 600 ਮਿਲੀਗ੍ਰਾਮ ਤੋਂ ਜ਼ਿਆਦਾ ਕੈਲਸੀਅਮ ਨਹੀਂ ਹੁੰਦਾ। ਸੋ ਅਬਾਊਟ 1000 ਮਿਲੀਗ੍ਰਾਮ ਕੈਲਸੀਅਮ ਸਪਲੀਮੈਂਟ ਵੀ ਹੋਣੇ ਚਾਹੀਦੇ ਆ। ਉਹ ਤੋਂ ਇਲਾਵਾ ਐਕਸਰਸਾਈਜ਼ ਡੈਫਨਲੀ ਇਜ਼ ਵੈਰੀ ਇੰਪੋਰਟੈਂਟ ਐਂਡ ਦ ਰਾਈਟ ਡਾਇਟ। ਸੋ ਕਈ ਲੋਕ ਗੱਲ ਕਰਦੇ ਆ ਸੋਇਆ,
ਸੋਇਆ ਦੇ ਵਿੱਚ ਈਸਟ੍ਰੋਜਨ ਹੁੰਦਾ ਉਹਦੇ ਬਾਰੇ ਕੀ ਰਾਏ ਤੁਹਾਡੀ ਡਾਕਟਰ ਸਾਹਿਬ ਸੋ ਮੈਂ ਗੱਲ ਹੀ ਕਰਨ ਲੱਗੀ ਸੀ ਅਬਾਊਟ ਦੀ ਆਲਟਰਨੇਟਿਵ ਥੈਰੇਪੀਜ਼ ਯੂ ਨੋ ਵੀ ਕਾਲ ਦੈਟ ਕੰਪਲੀਮੈਂਟਰੀ ਐਂਡ ਆਲਟਰਨੇਟਿਵ ਮੈਡੀਸਨ ਕੈਮ ਥੈਰੇਪੀ ਬਹੁਤ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਉਹਦੇ ਨਾਲ ਫਾਇਦਾ ਹੁੰਦਾ ਆਈ ਯੂਜਲੀ ਯੂਜ਼ ਦੈਟ ਬਿਫੋਰ ਆਈ ਗੋ ਟੂ ਹੋਰਮੋਨਸ ਸੋ ਨੰਬਰ ਵਨ ਕਮਸ ਡਾਇਟ ਐਂਡ ਲਾਈਫ ਸਟਾਈਲ ਐਂਡ ਚੇਂਜਿਸ ਹਾਉ ਯੂ ਹੈਵ ਟੂ ਮੇਕ ਦੈਨ ਕਮਸ ਦੀ ਕੰਪਲੀਮੈਂਟਰੀ ਆਲਟਰਨੇਟਿਵ ਥੈਰੇਪੀ ਐਂਡ ਦੈਨ ਕਮਸ ਅ ਹੋਰਮੋਨ ਰਿਪਲੇਸਮੈਂਟ ਥੈਰੇਪੀ ਕੰਪਲੀਮੈਂਟਰੀ ਥੈਰੇਪੀ ਚ ਅਸੀਂ ਸੋਏ ਤੋਂ ਪਹਿਲਾਂ ਵੀ ਗੋ ਟੂ ਬਲੈਕ ਕੋਹਾਸ਼ ਈਵਨਿੰਗ ਪ੍ਰਿਮਰੋਜ਼ ਹੋ ਗਿਆ ਦੇ ਆਰ ਸਰਟਨ ਅਦਰ ਨੈਚੁਰਲ ਸਬਸਟੈਂਸਿਸ ਦੈਟ ਇਨਕਰੀਜ਼ ਦੀ ਤੁਹਾਡੀ ਨੈਚੁਰਲ ਪਲਾਂਟ ਬੇਸਡ ਹੋਰਮੋਨ ਰਿਪਲੇਸਮੈਂਟ ਥੈਰੇਪੀ ਹੁੰਦੀ ਹੈ ਸੋਏ ਇਜ਼ ਵਨ ਆਫ ਦੈਮ ਸੋਏ ਦੀ ਥੋੜ੍ਹੀ ਕੰਟਰੋਵਰਸੀ ਹੈਗੀ ਹੈ ਦੇ ਵਾਜ਼ ਅ ਟਾਈਮ ਵੀ ਸਟਿਲ ਸੇ ਸੋਏ ਕੈਨ ਹੈਲਪ ਯੂ ਵਿਦ ਯੋਰ ਸਿਮਟਮਸ ਬਟ ਸਮਟਾਈਮਸ ਇਟ ਕੈਨ ਐਗਰੇਵੇਟ ਦੀ ਰਿਸਕ ਆਫ ਬ੍ਰੈਸਟ ਕੈਂਸਰ ਸੋ ਆਈ ਵੁੱਡ ਸਰਟਨਲੀ ਨੋਟ ਪ੍ਰਮੋਟ ਇਟ ਜੇ ਤੁਹਾਡੇ ਫੈਮਿਲੀ ਹਿਸਟਰੀ ਬ੍ਰੈਸਟ ਕੈਂਸਰ ਹੈ ਤਾਂ ਆਈ ਵੁੱਡ ਅਵੋਇਡ ਇਟ ਸੋ ਮਤਲਬ ਇਸ ਦਾ ਆਪਸ਼ਨ ਬਟ ਆਪਣੇ ਡਾਕਟਰ ਨਾਲ ਸਲਾਹ ਕਰਕੇ ਲਓ ਬਿਲਕੁਲ ਆਪਣੀ ਮਰਜ਼ੀ ਨਾਲ ਨਾ ਲਓ ਸੋ ਡਾਕਟਰ ਇਹ ਤਾਂ ਹੋ ਗਈ ਔਰਤਾਂ ਦੀ ਜਾਂ ਲੇਡੀਜ਼ ਦੀ ਗੱਲ ਤੇ ਹੁਣ ਆਪਾਂ ਬੰਦਿਆਂ ਦੀ ਗੱਲ ਕਰੀਏ ਬੰਦੇ 'ਚ ਵੀ ਮੀਨੋਪੌਜ਼ ਹੁੰਦਾ ਯਾ ਬੰਦੇ 'ਚ ਡੈਫੀਨੇਟਲੀ ਮੈਨੋਪੌਜ਼ ਹੁੰਦਾ ਅਸੀਂ ਵੀ ਕਾਲ ਦੈਟ ਐਂਡਰੋਪੌਜ਼ ਯੂ ਨੋ ਦੈਟਸ ਨਾਟ ਯੂਜੂਲੀ ਟਾਕਡ ਅਬਾਊਟ ਐਂਡਰੋ ਦ ਡਿਫਰੈਂਸ ਇਜ਼ ਲੇਡੀਜ਼ ਗੈਟ ਦ ਮੈਨੋਪੌਜ਼ ਅਰਾਊਂਡ 50 ਔਰ 60 ਐਂਡ ਮੈਨ ਡੋਂਟ ਗੈਟ ਇਟ ਅੰਟਿਲ ਦੇਅਰ ਇਨ 80s ਔਰ 70s ਔਰ 80s ਸੋ ਦੇਅਰ ਇਜ਼ ਸਮ ਡਿਸਕ੍ਰਿਪੈਂਸੀ ਵਿਚ ਇਜ਼ ਹਾਰਡ ਟੂ ਜਸਟੀਫਾਈ ਬਟ ਇਟ ਹੈਪਨਸ ਐਂਡ ਸਮ ਮੈਨ ਗੈਟ ਇਟ ਈਵਨ ਸੂਨਰ ਐਂਡ ਕੈਨ ਹੈਪਨ ਇਨ 50s ਔਰ 60s ਸੋ ਜੇ ਤੁਹਾਡੇ ਸਿਮਟਮ ਬਹੁਤ ਜ਼ਿਆਦਾ ਥਕਾਵਟ ਹੋ ਰਹੀ ਹੈ ਤੁਹਾਨੂੰ ਯੂ ਨੋ ਵੇਟ ਗੇਨ ਹੋ ਰਿਹਾ ਯੂ ਨੋ ਯੂ ਟੈਂਡ ਟੂ ਲੂਜ਼ ਯੋਰ ਮਸਲ ਮੈਸ ਐਂਡ ਗੇਨ ਮੋਰ ਫੈਟ ਮੈਸ ਵੈਨ ਯੂ ਲੈਕਿੰਗ ਟੈਸਟੋਸਟੇਰੋਨ or if you're having low libido or you're not having any as much interest and stuff like that then you should get it checked you should get your blood test done and jo tade low testosterone hai ga and if there is no contraindication like we talked about women earlier then testosterone therapy helps and we do it all the time if main sunya vi jehde diabetic patient hai ohna zyada problem hundi hai eh definitely jehdiyan vi chronic medical illnesses ne ohna chances of getting extreme hormone imbalances a little more khas karke jehde overweight hona chahiye overweight especially hundi hai so assi we see that a lot in men who are overweight so in fact odich meri number one treatment is to help them lose weight by losing weight you can increase your natural testosterone so I would rather do that than to give them supplemental testosterone in that case so thoda kehne da matlab jehde patient aan de blood test show karde ne vi ohna de hormone low ne haan ji ਤੇ ਉਹਨਾਂ ਨੂੰ ਹਾਰਮੋਨ ਦਿੱਤੇ ਜਾ ਸਕਦੇ ਨੇ ਬਿਲਕੁਲ ਟੈਸਟੋਸਟੇਰੋਨ ਦਿੱਤਾ ਜਾ ਸਕਦਾ ਹੈ ਯਾ ਡੈਫੀਨਿਟਲੀ ਤੇ ਟੈਸਟੋਸਟੇਰੋਨ ਕਿਹੜੇ ਪੇਸ਼ੈਂਟ ਇਹਨਾਂ ਨੂੰ ਬਿਲਕੁਲ ਨਹੀਂ ਲੈਣਾ ਚਾਹੀਦਾ ਮਤਲਬ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈਗਾ ਯਾ ਯਾ ਸੋ ਡਾਕਟਰ ਸਾਹਿਬ ਆਈ ਆਲਸੋ ਵਾਂਟ ਟੂ ਐਕਸਪੈਂਡ ਔਨ ਵਾਟ ਕਾਈਂਡ ਆਫ ਟੈਸਟੋਸਟੇਰੋਨ ਥੈਰੇਪੀਜ਼ ਆਰ ਅਵੇਲੇਬਲ ਸੋ ਵੀਲ ਟਾਕ ਅਬਾਊਟ ਦੈਟ ਇਨ ਅ ਮਿਨਟ ਮੇਬੀ ਸੋ ਕਿਸ ਨੂੰ ਨਹੀਂ ਕਰਾਂਗੇ ਟੈਸਟੋਸਟੇਰੋਨ ਸਮਬਡੀ ਹੂ ਹੈਜ਼ ਐਸਟੈਬਲਿਸ਼ਡ ਹਾਰਟ ਡਿਜ਼ੀਜ਼ ਜਿਹਨੂੰ ਹਾਰਟ ਡਿਜ਼ੀਜ਼ ਹੈਗਾ ਉਹਨੂੰ ਨਹੀਂ ਲੈਣੀ ਚਾਹੀਦੀ ਐਂਡ ਇਫ ਯੂ ਆਰ ਆਲਰੇਡੀ ਔਨ ਟੈਸਟੋਸਟੇਰੋਨ ਐਂਡ ਯੂ ਫਾਈਂਡ ਆਊਟ ਦੈਟ ਯੂ ਹੈਵ ਹਾਰਟ ਡਿਜ਼ੀਜ਼ ਦੈਨ ਯੂ ਸ਼ੁੱਡ ਸਟਾਪ ਇਟ ਯੂ ਨੋ ਦੈਟਸ ਨੰਬਰ 1 ਇਫ ਯੂ ਹੈਵ ਅ ਨੋਨ ਹਿਸਟਰੀ ਆਫ prostate cancer or if you have a family history of prostate cancer or if family is kise ho no hai hoya or you have symptoms of enlarged prostate then definitely you should talk to your doctor get that checked and if your prostate is enlarged definitely don't do testosterone because odena growth ho sakdi hai so those are the two big factors that I'm careful about another thing that happens that usually not happen in our community is smoking you know smokers tend to have a little bit thick blood ona dena clotting hone de chances zyada hunde hai so by testosterone you raise their hematocrit more to na blood clot hone de chances zyada hunde hai chalo pa tusi dassna is vi different types ne testosterone hunde so doctor sahab different types jehdiyan ne we never give testosterone by mouth so je tuhanu koi sadhu santa to tusi le rahe hain te testosterone in the form of a pill don't do that because you're going to mess up your liver so it thought the liver they through janda so that's something I would absolutely not do it at this are koi formulation available which is made with testosterone oral preparation testosterone is usually given as a gel jada ki it comes in a bottle you press the gel and you put it on your shoulders or in your tummy hanji skin te apply karte hain gel which absorbs very well the other form is injections we can give testosterone injection once a week or every other week or once a month depending on what your needs are ਸੋ ਡਾਕਟਰ ਇੱਕ ਵੀ ਟਾਈਮ ਥੋੜ੍ਹਾ ਰਹਿ ਗਿਆ ਵੀ ਪੇਸ਼ੈਂਟ ਅਕਸਰ ਜਿਹੜੀਆਂ ਇੱਦਾਂ ਦੀਆਂ ਗੱਲਾਂ ਨਾ ਉਹ ਕਰਨ ਤੋਂ ਸੰਗਦੇ ਨੇ ਬਿਲਕੁਲ ਬਿਲਕੁਲ ਅਤੇ ਉਹਨਾਂ ਦਾ ਝੱਕ ਕਿਵੇਂ ਹਟਾਉਣਾ ਚਾਹੀਦਾ ਰਾਈਟ ਰਾਈਟ you know I would highly encourage especially women and men both to talk to your doctors to jab tak dassonge ni gal te doctor nu pata nahi lagegi and honestly in American system at least we are so busy ki we try not to go there because you have so many other things to take care of so ho sakda tuhanu diabetes ho ve tuhanu high blood pressure doctor is so consumed with tuhade baaki dawaiyan nal tusi jaan to pehla gal kar lo doctor nal ki hey, doctor I have important thing to talk to you and maybe make another appointment for that if the doctor is rushing or busy but you got to brought it up bring it up ਜੇ ਤੁਸੀਂ ਆਪ ਗੱਲ ਨਹੀਂ ਕਰੋਗੇ ਡਾਕਟਰ ਕੋਲ ਬ੍ਰਿੰਗ ਅਪ ਨਹੀਂ ਕਰੋਗੇ ਤਾਂ ਉਹਨਾਂ ਨੂੰ ਪਤਾ ਨਹੀਂ ਚੱਲੇਗਾ ਕਿ ਕੀ ਪ੍ਰੋਬਲਮ ਤੁਹਾਨੂੰ ਹੈਗੀ ਐਂਡ ਦੇ ਲੋਟ ਆਫ ਟ੍ਰੀਟਮੈਂਟ ਆਪਸ਼ਨਸ ਦੈਟ ਕੈਨ ਇੰਪਰੂਵ ਯੋਰ ਕੁਆਲਿਟੀ ਆਫ ਲਾਈਫ ਡਾਕਟਰ ਟਾਈਮ ਥੋੜਾ ਰਹਿ ਗਿਆ ਕੋਈ ਫਾਈਨਲ ਰਿਮਾਰਕਸ ਟੌਪਿਕ ਬਾਰੇ
ਡਾਕਟਰ ਸਾਹਿਬ ਫਾਈਨਲ ਰਿਮਾਰਕਸ ਇਹੀ ਨੇ ਕਿ ਯੂ ਗੋਟ ਟੂ ਬੀ ਐਜੂਕੇਟਡ ਅਬਾਊਟ ਵਟ ਯੂ ਹੈਵ ਟਾਕ ਟੂ ਡਾਕਟਰਸ ਐਂਡ ਇਫ ਡਾਕਟਰਸ ਆਰ ਨੋਟ ਟੈਲਿੰਗ ਯੂ ਯੂ ਕੈਨ ਦੇਰ ਇਜ਼ ਲੋਟ ਆਫ ਰਿਸੋਰਸਿਸ ਔਨਲਾਈਨ ਦੀਸ ਡੇਜ਼ ਆਪਣੇ ਕੋਲ ਕੰਪਿਊਟਰ ਹੈ ਦੇਰ ਇਜ਼ ਅ ਵੈਬਸਾਈਟ ਕਾਲ ਹੋਰਮੋਨ ਡੋਟ ਓਰਗ ਦੈਟ ਆਈ ਵੁੱਡ ਹਾਈਲੀ ਰੈਕਮੈਂਡ ਦੈਟਸ ਬਾਈ ਐਂਡੋਕ੍ਰਿਨ ਸੋਸਾਇਟੀ ਦੇਰ ਇਜ਼ ਆਲਸੋ ਮੈਨੋਪੋਜ਼ ਸੋਸਾਇਟੀ ਨੌਰਥ ਅਮੈਰੀਕਨ ਮੈਨੋਪੋਜ਼ ਸੋਸਾਇਟੀ ਯੂ ਕੈਨ ਗੋ ਦੇਰ ਅਤੇ ਤੁਹਾਨੂੰ ਉਹਦੇ ਨਾਲ ਤੁਹਾਨੂੰ ਬਹੁਤ ਮੈਡੀਕਲ ਨੌਲੇਜ ਮਿਲ ਸਕਦੀ ਹੈ ਬੀ ਇੰਪਾਵਰਡ ਨੌਲੇਜ ਰੱਖੋ ਆਪਣੀ ਐਂਡ ਆਸਕ ਡਾਕਟਰ ਦ ਕੁਸ਼ਚਨਸ ਐਂਡ ਲਿਵ ਯੋਰ ਲਾਈਫ ਟੂ ਦ ਫੁੱਲੈਸਟ ਆਈ ਟੋਟਲੀ ਫੀਲ ਯੂ ਡਿਜ਼ਰਵ ਇਟ ਯੂ ਵਰਕ ਹਾਰਡ ਆਲ ਯੋਰ ਲਾਈਫ ਐਂਡ ਦਿਸ ਇਜ਼ ਅ ਟਾਈਮ ਟੂ ਇੰਜੋਏ ਬਿਕੋਜ਼ ਯੋਰ ਕਿਡਸ ਆਲ ਗਰੋਨ ਅਪ ਨਾਓ ਸੋ ਰਾਕਸੋ ਤੁਸੀਂ ਬੜਾ ਸੋਹਣੀ ਇਹ ਗੱਲ ਦੱਸੀ ਵੀ ਜਿਹੜਾ ਇਹ ਜੀਵਨ ਹੈ ਸਾਨੂੰ ਪਰਮਾਤਮਾ ਨੇ ਇੱਕ ਵਾਰੀ ਬਖਸ਼ਿਆ ਹੈਗਾ ਅਤੇ ਇਹਨੂੰ ਵਧੀਆ ਤਰੀਕੇ ਨਾਲ ਜੀਣਾ ਚਾਹੀਦਾ ਠੀਕ ਹੈ ਕੰਮ ਕਾਰ ਜ਼ਰੂਰੀ ਨੇ ਹੋਰ ਜ਼ਿੰਦਗੀ 'ਚ ਕੰਮ ਬੜੇ ਜ਼ਰੂਰੀ ਨੇ ਪਰ ਜਿਹੜੀ ਜੇ ਤੁਹਾਡੀ ਸਿਹਤ ਅਤੇ ਤੁਹਾਡਾ ਸਰੀਰ ਚੰਗੀ ਸ਼ੇਪ 'ਚ ਨਹੀਂ ਹੈਗਾ ਤਾਂ ਤੁਸੀਂ ਇਹ ਜ਼ਿੰਦਗੀ ਨੂੰ ਮਾਣ ਨਹੀਂ ਸਕਦੇ ਸੋ ਇਸ ਦੇ ਲਈ ਬੜਾ ਜ਼ਰੂਰੀ ਹੈ ਵੀ ਤੁਸੀਂ ਸਹੀ ਜਿਹੜਾ ਪ੍ਰੋਫੈਸ਼ਨਲ ਹੈਗਾ ਡਾਕਟਰ ਹੈਗਾ ਉਸ ਤੋਂ ਤੁਸੀਂ ਸਲਾਹ ਲਓ ਅਤੇ ਇੱਕ ਗੱਲ ਮੈਂ ਹੋਰ ਦੱਸ ਦੇਣੀ ਚਾਹੁੰਦਾ ਵੀ ਜਿਹੜੇ ਜਿਹੜੀਆਂ ਜੇ ਤੁਸੀਂ ਕੋਈ ਅਲਟਰਨੇਟਿਵ ਟ੍ਰੀਟਮੈਂਟਸ ਵੀ ਲੈ ਰਹੇ ਹੋ ਜਿਹੜੀਆਂ ਸਪਲੀਮੈਂਟਸ ਵੀ ਲੈ ਰਹੇ ਹੋ ਤੁਹਾਨੂੰ ਉਹ ਵੀ ਆਪਣੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਆ ਅਤੇ ਇੱਕ ਵਾਰੀ ਅਸੀਂ ਫਿਰ ਦੱਸ ਦਈਏ ਵੀ ਜਿਹੜਾ ਸਾਡਾ ਪ੍ਰੋਗਰਾਮ ਆ ਅਸੀਂ ਇਹ ਜਨਰਲ ਇਨਫੋਰਮੇਸ਼ਨ ਦਿੰਦੇ ਹਾਂ ਅਤੇ ਕੋਈ ਇੰਡੀਵਿਜੁਅਲ ਐਡਵਾਈਸ ਅਸੀਂ ਨਹੀਂ ਦੇ ਸਕਦੇ ਬੜਾ ਜ਼ਰੂਰੀ ਆ ਵੀ ਤੁਸੀਂ ਆਪਣੇ ਡਾਕਟਰ ਨਾਲ ਜਿਹੜੀਆਂ ਰਿਕਮੈਂਡੇਸ਼ਨਸ ਅਸੀਂ ਇੱਥੇ ਵੀ ਦਿੰਦੇ ਹਾਂ ਉਹਨਾਂ ਨਾਲ ਸਲਾਹ ਕਰਕੇ ਹੀ ਤੁਸੀਂ ਇਹ ਰਿਕਮੈਂਡੇਸ਼ਨ ਨੂੰ ਫਾਲੋ ਕਰੋ ਅਤੇ ਸਾਨੂੰ ਉਮੀਦ ਆ ਕਿ ਤੁਸੀਂ ਸਾਡਾ ਪ੍ਰੋਗਰਾਮ ਦੇਖ ਕੇ ਕੋਈ ਨਾ ਕੋਈ ਫਾਇਦਾ ਜ਼ਰੂਰ ਉਠਾਇਆ ਹੋਏਗਾ ਡਾਕਟਰ ਰੰਗੀ ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਥੈਂਕ ਯੂ